ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ, ਕੀ ਹਾਲ ਹੈ ਬਾਈ? ਠੀਕ ਹੋ? ਸ਼ੁਕਰ ਹੈ ਅਲਹਮਦੁਲਿਲਾਹ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਟੋਬਾ ਰੋਡ 315 ਚੋਂ। ਅੱਛਾ, 315 ਚੋਂ, ਠੀਕ ਹੋ ਗਿਆ। ਤੇ ਕੀ ਹਾਲਾਤ ਆ ਮੰਡੀ ਦੇ? ਹਾਲਾਤ ਜੀ ਕੋਈ ਨਹੀਂ, ਐਸੇ ਹਾਲਾਤ, ਸ਼ਹਿਰੀ ਲੋਕ ਛੋਟਾ ਜਾਨਵਰ ਖਰੀਦ ਰਹੇ ਨੇ, ਛੋਟੇ ਜਾਨਵਰ ਕੀਮਤ ਨਹੀਂ ਦੇ ਰਹੇ। ਅੱਛਾ, ਤੇ ਹੁਣ ਸੁਬਾ ਈਦਾ, ਮਾਸ਼ਾਅੱਲਾ ਤੁਹਾਡੇ ਕੋਲ ਜਾਨਵਰ ਵੀ ਕਾਫੀ ਖੜੇ ਆ, ਤੇ ਕੀ ਡਿਮਾਂਡ ਹੈ ਇਹਨਾਂ ਦੀ? ਡਿਮਾਂਡ ਸਭ ਤੋਂ ਜ਼ਿਆਦਾ 4 ਲੱਖ ਵਾਲੀ ਡਿਮਾਂਡ ਖੜੀ ਹੈ ਸਾਡੇ। ਅੱਛਾ, ਹਾਂਜੀ, 3.5 ਵਾਲੀ ਵੀ ਆ, 2.5 ਵਾਲੀ ਆ। ਅੱਛਾ, ਇਹਦਾ 3.5 ਵਾ, ਉਹਦਾ 2.5 ਆ? ਨਹੀਂ, ਉਹ ਵੀ 3.5 ਵਾਲਾ ਜੇ। ਅੱਛਾ, ਤੇ ਉਹਦਾ ਸਾਹਮਣੇ ਹੈ? ਉਹ 3 ਵਾਲਾ ਜੇ। ਨਸਲ ਕਿਹੜੀ ਹੈ? ਨਸਲ ਸਾਹੀਵਾਲ ਪਾਈ ਜਾਂਦੀ ਹੈ। ਅੱਛਾ, ਸਾਹੀਵਾਲ ਦੀ ਨਸਲ ਹੈ, ਠੀਕ ਹੈ। ਇਹ 2.5 ਸਾਲ ਦੀ ਸਾਡੀ ਮਿਹਨਤ ਵੀ ਨਹੀਂ ਪੂਰੀ ਦੇ ਰਹੇ, ਠੀਕ ਹੈ। 1000 ਰੁਪਏ ਦਾ ਪੱਠੇ ਰੋ ਡੇਲੀ ਦਾ ਪਾਈ ਦੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਬਾਈ? ਠੀਕ ਹੋ? ਠੀਕ ਠਾਕ ਜਨਾਬ। ਅੱਛਾ ਬਾਈ, ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ? ਅਸੀਂ 299 ਬਾਬਾ ਵਾਲੀ ਸ਼ੇਰ ਦੇ ਪਿੰਡ ਦੇ ਰਹਿਣੇ ਵਾਲੇ। ਅੱਛਾ, ਠੀਕ ਹੋ ਗਿਆ ਜੀ। ਆਪਣੇ ਕੋਲ ਮਾਸ਼ਾਅੱਲਾ 3 ਜਾਨਵਰ ਆ, ਤੇ ਆਪਣੀ ਕੀ ਡਿਮਾਂਡ ਆ ਇਹਨਾਂ ਦੀ? ਇਹ ਜੀ ਮਾਸ਼ਾਅੱਲਾ ਇਹਨਾਂ ਦੀ ਡਿਮਾਂਡ ਉਹਦੀ 3 ਲੱਖ ਰੁਪਇਆ ਵਾ। ਅੱਛਾ, 3.5, ਠੀਕ ਹੋ ਗਿਆ ਜੀ। 1.5 ਲੱਖ ਰੁਪਇਆ, ਯਾਨੀ ਕਿ ਉਹਦੀ 3 ਲੱਖ ਵਾ ਇਹਦੀ? ਇਹਦੀ 3.5 ਲੱਖ ਰੁਪਇਆ, ਠੀਕ ਹੈ। ਇਹਦਾ 1.5 ਲੱਖ ਰੁਪਇਆ, ਠੀਕ ਹੋ ਗਿਆ। ਤੇ ਬਾਕੀ ਇਹ ਕਿ ਸੁਬਾ ਹੁਣ ਮਾਸ਼ਾਅੱਲਾ ਈਦ ਵੀ ਆ, ਤੇ ਸੁਬਾ ਈਦ ਤਾਂ ਹੈ ਵਾ, ਅੱਲਾ ਰੱਖੇ ਖੈਰ ਜੀ। ਸਾਡੇ ਇਨਸ਼ਾਅੱਲਾ ਉਮੀਦ ਹੈ ਸ਼ਾਇਦ ਇਜ਼ਾਮ ਤੋਂ ਪਹਿਲਾਂ ਵੇਚ ਕੇ ਜਾਵਾਂਗੇ ਜੀ ਘਰ, ਠੀਕ ਹੋ ਗਿਆ। ਹੋਰ ਵੀ ਜਾਨਵਰ ਸੀਗੇ ਸਾਡੇ ਕੋਲ, 12-14 ਜਾਨਵਰ ਸੀ, ਵੇਚੇ ਆ ਮਾਸ਼ਾਅੱਲਾ, ਅੱਲਾ ਦਾ ਸ਼ੁਕਰ ਆ, ਰੋਜ਼ੀ ਕੋਈ ਬਚੀ ਆ, ਕੋਈ ਬਰਾਬਰਾਂ 'ਚ ਵੀ ਦਿੱਤੇ ਆ, ਠੀਕ ਹੋ ਗਿਆ। ਬਹੁਤ ਸੋਹਣਾ ਨਿਜ਼ਾਮ ਆ ਜੀ। ਠੀਕ ਹੋ ਗਿਆ। ਤੇ ਹੁਣ ਸੁਬਾ ਆਪਣਾ ਮਾਸ਼ਾਅੱਲਾ ਈਦ ਵੀ ਆ, ਤੇ ਤੁਸੀਂ ਅਜੇ ਲੈ ਕੇ ਇਹਨੂੰ ਖੜੇ ਆ ਇੱਥੇ? ਕੋਈ ਨਹੀਂ, ਅੱਲਾ ਖੈਰ ਰੱਖੇ, ਕੋਈ ਮਸਲਾ ਨਹੀਂ। ਅੱਛਾ, ਕੀ ਹਾਲਾਤ ਆ ਮੰਡੀ ਦੇ? ਬਿਲਕੁਲ ਸੋਹਣੇ ਜਾਂਦੇ ਪਿੰਡ ਬਿਹਤਰੀਨ ਬਾਈ ਜਾਨ। ਅੱਛਾ ਜੀ, ਠੀਕ ਹੋ ਗਿਆ, ਸੋਹਣੇ ਹਾਲਾਤ, ਬੜੇ ਸੋਹਣੇ ਜਾ ਰਹੇ। ਕੀ ਹਾਲ ਆ ਬਾਈ? ਠੀਕ ਹੋ? ਠੀਕ ਹੈ ਜੀ, ਸ਼ੁਕਰ ਹੈ ਮਾਲਕ ਦਾ ਕਰਮ ਹੈ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? 45 ਤੋਂ ਜੀ। ਅੱਛਾ, ਤੁਸੀਂ 45 ਤੋਂ ਆਏ ਆ, ਹਾਂਜੀ। ਤੇ ਕਿਹੜੀ ਨਸਲ ਆ ਜੀ? ਇਹ ਸਾਹੀਵਾਲ ਆ ਜੀ, ਯਾਨੀ ਕਿ ਸਾਹੀਵਾਲ ਦੀ ਨਸਲ ਆ। ਤੇ ਕੀ ਡਿਮਾਂਡ ਆ ਆਪਣੀ ਇਹਦੀ? ਇਹਦੀ ਡਿਮਾਂਡ ਜੀ 5 ਲੱਖ। 5 ਲੱਖ, ਤੇ ਤਕਰੀਬਨ ਕਿੰਨੇ ਸਾਲਾਂ ਦਾ ਵਾ ਇਹ? ਇਹ 3 ਸਾਲ ਤੇ 2 ਮਹੀਨੇ ਦਾ ਜੀ। 3 ਸਾਲ 2 ਮਹੀਨੇ ਦਾ, ਹਾਂਜੀ। ਘਰ ਦਾ ਪਾਲਿਆ ਜੀ, ਠੀਕ ਹੋ ਗਿਆ। ਤੇ ਇਹਦਾ ਬੱਚਾ ਆ, ਬਾਹਰ ਬੱਚਾ ਨਹੀਂਗਾ ਕੱਢਿਆ, ਠੀਕ ਹੋ ਗਿਆ। ਡਰਦਾ ਹੋਏਗਾ, ਮਾਰਦਾ ਨਹੀਂ ਹੋਏਗਾ, ਠੀਕ ਹੋ ਗਿਆ। ਮੂੰਹ ਚੌਗਾ ਵਾ, ਮੂੰਹ ਚੌਗਾ, ਠੀਕ। ਤੇ ਤੁਸੀਂ ਇਹ ਦੱਸੋ ਕਿ ਹੁਣ ਸੁਬਾ ਦੇ ਈਦ ਆ, ਹਾਂਜੀ, ਤੇ ਅਜੇ ਤੱਕ ਯਾਨੀ ਕਿ ਕੋਈ ਲੱਗਾ ਮੁੱਲ ਕਿ ਨਹੀਂ? ਇਹਦਾ ਮੁੱਲ ਲੱਗਾ ਭਾਈ। ਕਿੰਨਾ ਲੱਗਾ ਹੋਇਆ ਇਹਦਾ? ਇਹਦਾ ਜੀ 3.5 ਲੱਗਾ, ਝੂਠ ਨਹੀਂ ਮਾਰਨਾ, ਠੀਕ, ਨਾ ਮਾਰਨ ਦੀ ਆਦਤ ਆ ਤੇ ਨਾ ਮਾਰਨਾ, ਠੀਕ। ਯਾਨੀ ਕਿ ਤੁਹਾਨੂੰ 3.5 ਲੱਖ ਲੱਗ ਗਿਆ ਹੋਇਆ? ਹਾਂਜੀ, ਪਿੰਡ ਦੇ ਵਿੱਚ ਸਾਨੂੰ 4.25 ਵੀ ਲੱਗਾ, ਠੀਕ ਹੋ ਗਿਆ। ਬਾਕੀ ਇੱਥੇ ਸਾਨੂੰ ਆਇਆ ਨੂੰ 3.5 ਲੱਖ। ਹੁਣ ਤੁਸੀਂ ਕੀ ਮੰਗ ਰਹੇ ਆ ਇਹਦਾ? ਮੰਗ ਰਹੇ ਜੀ 5 ਹੀ ਮੰਗਿਆ ਹਾਲੇ। ਅੱਛਾ ਜੀ, ਬਾਕੀ ਦੇਖੋ ਜੀ ਜਿੱਥੇ ਯਾਨੀ ਕਿ ਤੁਸੀਂ 5 ਲੱਖ ਮੰਨਿਆ ਵਾ, ਤੇ 4.5 ਦੇ ਵਿੱਚ ਤੁਸੀਂ ਡਨ ਕਰ ਦੋਗੇ ਇਨਸ਼ਾਅੱਲਾ। ਕੀ ਹਾਲ ਆ ਬਾਈ? ਠੀਕ ਹੋ? ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੁਸੀਂ? 163 ਜਮਾਰਾ ਜੀ। ਅੱਛਾ, ਯਾਨੀ ਕਿ 163 ਜਮਾਰਾ, ਹਾਂਜੀ। ਅੱਛਾ, ਇਹ ਕਿੰਨੇ ਦਾ ਵਾ ਝੋਟਾ? ਹਾਂਜੀ 4 ਲੱਖ ਦਾ। 4 ਲੱਖ ਦਾ, ਠੀਕ ਹੋ ਗਿਆ। ਤੇ ਆਪਣਾ ਕਿੰਨੇ ਸਾਲਾਂ ਦਾ ਵਾ? ਹਾਂਜੀ ਤਕਰੀਬਨ ਹੈਗਾ 5 ਸਾਲ ਦਾ। ਤੇ ਤੁਹਾਨੂੰ ਕਿੰਨਾ ਲੱਗ ਗਿਆ ਵਾ ਇਹਦਾ? ਇਹਦਾ ਜੀ ਸਾਨੂੰ 3.5 ਲੱਖ ਲੱਗ ਗਿਆ। ਯਾਨੀ ਕਿ ਤੁਹਾਨੂੰ ਇਹਦਾ 3.5 ਲੱਖ ਰੁਪਇਆ ਲੱਗ ਗਿਆ। ਤੁਸੀਂ ਕੀ ਮੰਗਦੇ ਡਿਮਾਂਡ ਇਹਦੀ? ਡਿਮਾਂਡ ਜੀ ਦੇਵਾਂਗੇ 380 ਦਾ ਦੇ ਦੇਵਾਂਗੇ। ਯਾਨੀ ਕਿ ਤੁਸੀਂ 380 ਦਾ ਦੇ ਦੇਣਾ। ਤੇ ਹੁਣ ਤੇ ਸੁਬਾ ਈਦ ਆ, ਇਨਸ਼ਾਅੱਲਾ ਜੀ ਅੱਲਾ ਚੰਗੀਆ ਕਰੂਗਾ, ਇਨਸ਼ਾਅੱਲਾ ਜੀ, ਠੀਕ ਹੋ ਗਿਆ। ਹੋਰ ਬਾਈ ਇਹਦੀ ਵੀ ਡਿਮਾਂਡ ਇਹੀ ਆ? ਇਹਦੀ 3.5 ਲੱਖ ਰੁਪਇਆ ਡਿਮਾਂਡ ਆ ਜੀ। ਅੱਛਾ, ਇਹਦੀ 3.5 ਲੱਖ ਆ। ਇਹ ਕਿੰਨੇ ਸਾਲਾਂ ਦਾ? ਇਹ ਭਾਈ ਜਵਾਨ ਐ ਸੰਪੂਰਾ। ਅੱਛਾ, ਹਾਂਜੀ, ਠੀਕ ਹੋ ਗਿਆ।
ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਜੀ। ਚਾਚਾ ਕੀ ਹਾਲ ਹੈ? ਅੱਲਾ ਦਾ ਬੜਾ ਕਰਮ ਹੈ, ਸ਼ੁਕਰ ਹੈ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਆ ਜੰਗ ਰੋਡ ਗੋਇਲਾ ਤੋਂ ਆਏ ਹਾਂ, 423 ਪਿੰਡ ਸਾਡਾ ਉੱਥੋਂ। ਅੱਛਾ ਅੱਛਾ, ਤੇ ਕੀ ਹਾਲਾਤ ਆ ਮੰਡੀ ਦੇ? ਮੰਡੀ ਦੇ ਹਾਲਾਤ ਕੋਈ ਨਹੀਂ ਜੀ। ਹੁਣ ਸੁਬਾ ਖਰੀਦਦਾਰ ਆਉਂਦਾ ਮਸਲਾ ਨੇ, ਕੋਈ ਨਾ ਮੁੱਲ ਆਉਂਦਾ ਹੈ, ਚਸਕਾ ਲੈ ਕੇ ਬਹੁਤ ਚਲੇ ਜਾਂਦਾ। ਸਾਡੇ ਖਰੀਦਦਾਰੀ ਆਉਂਦੇ ਜਾਨਵਰ, ਸਾਨੂੰ ਪੂਰਾ ਰੇਟ ਨਹੀਂ ਦੇ ਰਹੇ। ਅੱਛਾ, ਅਸੀਂ ਪਰੇਸ਼ਾਨ ਹਾਂ ਵੀ ਸਵੇਰੇ ਈਦ ਹੈ, ਅਸੀਂ ਜਾ ਕੇ ਟੋਕੋ ਤੀਏ ਵੀ ਈਦ ਘਰ ਕਰੀਏ ਬੱਚਿਆਂ ਜਾ ਕੇ, ਪਰ ਇੱਥੇ ਜਿਹੜੇ ਆਉਂਦੇ ਨੇ ਕੋਈ ਰੇਟ ਪੂਰਾ ਮੁਕੰਮਲ ਨਹੀਂ ਦੇ ਰਹੇ ਹੈ। ਅੱਛਾ ਅੱਛਾ, ਇਹ ਜਾਨਵਰ ਨੇ ਸਾਡੇ ਆਏ ਹੋਏ। ਅੱਛਾ, ਤੇ ਕੀ ਡਿਮਾਂਡ ਆ ਤੁਹਾਡੀ ਇਹਨਾਂ ਦੀ ਕੱਟਿਆਂ ਦੀ? ਡਿਮਾਂਡ ਕੀ ਹੈ? ਆਹ ਕੱਟਾ ਜਿਹੜਾ ਬੈਠਾ ਇਹਦਾ ਅਸੀਂ 1,70,000 ਮੰਗਦੇ ਹਾਂ। ਅੱਛਾ, ਉਸ ਤੋਂ ਅੱਗੇ ਆ ਉਹਦਾ 1,85,000। ਅੱਛਾ, ਉਹਦਾ 1,75,000 ਮੰਗਦੇ ਹਾਂ। ਅੱਛਾ, ਆ ਬੱਚਾ ਇਹਦਾ 1,50,000 ਮੰਗਦੇ ਹਾਂ। ਅੱਛਾ, ਉਸ ਤੋਂ ਇਲਾਵਾ ਆਹ ਕੱਟਾ ਇਹਦਾ 2,40,000 ਮੰਗਦੇ ਜੀ। ਅੱਛਾ ਜੀ, ਹਾਂ ਇਹ ਕੱਟੀ ਹੈ ਨਾ ਮਾਦੀ ਮਸਲ ਨਾਲ, ਇਹ ਵਾਲੀ ਹਾਂ ਮਾਦੀ ਹੈ, ਇਹਨਾਂ ਦਾ ਅਸੀਂ ਆਉਂਦੇ 1,35,000 ਰੁਪਈਆ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਕਿਹੜੀ ਜਗ੍ਹਾ ਤੋਂ ਆਏ ਬਾਈ ਤੁਸੀਂ? ਬਾਈ ਖਤਰਾਵਾਂ 47 ਚੱਕ ਨੰਬਰ 47। ਅੱਛਾ, ਤੁਸੀਂ ਯਾਨੀ ਕਿ ਖਤਰਾਵਾਂ ਚ ਹੋਏ? ਠੀਕ ਹੋ ਗਿਆ। ਤੇ ਇਹ ਕਿਹੜੀ ਨਸਲ ਹੈ ਜਿਹੜੀ? ਇਹ ਸਾਹੀਵਾਲ ਜੀ। ਅੱਛਾ, ਸਾਹੀਵਾਲ ਦੀ ਨਸਲ ਹੈ। ਤੇ ਦੂਸਰਾ ਤੁਹਾਡੀ ਆਪਣੀ ਡਿਮਾਂਡ ਕੀ ਹੈ? ਇਹਦੀ ਡਿਮਾਂਡ ਜੀ ਉਹਦਾ 5,00,000 ਰੁਪਈਆ ਮੰਗਦੇ ਆ, 4 ਦਾ ਦੇਵਾਂਗੇ। ਅੱਛਾ ਹੋ ਗਿਆ, ਹਾਂਜੀ 4,00,000 ਦਾ ਦੇ। ਤੇ ਹੁਣ ਸੁਬਾ ਈਦ ਆ, ਤੁਸੀਂ ਮਾਸ਼ਾਅੱਲਾ ਇਸ ਨਾ ਸੇਲ ਵੀ ਨਹੀਂ ਹੋਇਆ? ਹਾਂਜੀ, ਕੋਈ ਬਾਤ ਨਹੀਂ, ਅੱਲਾ ਕਰ ਕਰੇ ਹੋ ਜੂ ਸੇਲ, ਹੈ ਬਥਰਾ ਟਾਈਮ ਪਿਆ। ਅੱਛਾ ਜੀ, ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਆ ਬਾਈ? ਠੀਕ ਹੋ? ਠੀਕ ਠਾਕ ਜੀ। ਕਿਹੜੀ ਜਗ੍ਹਾ ਤੋਂ ਆਏ ਬਾਈ ਤੁਸੀਂ? ਅਸੀਂ 352 ਸਾਲਾਂ ਚੋਂ। ਅੱਛਾ, 352 ਚੋਂ ਆਏ ਤੁਸੀਂ? 52 ਚੋਂ। ਹਾਂਜੀ, ਤੇ ਕੀ ਡਿਮਾਂਡ ਹੈ ਇਹਦੀ? 2,40,000 ਮੰਗਦੇ ਹਾਂ। 2,40,000 ਮੰਗਦੇ ਹਾਂ, ਠੀਕ ਹੈ। ਤੇ ਕਿੰਨਾ ਲੱਗ ਗਿਆ ਵਾ? 90-95 ਲੱਗ ਜਾਂਦੇ ਆ। 90-95 ਲੱਗ ਰਿਹਾ, ਠੀਕ ਹੋ ਗਿਆ। ਤੇ ਕਿੰਨਿਆਂ ਸਾਲਾਂ ਦਾ ਵਾ ਇਹ? 2,10 ਦਾ ਫਾਈਨਲ ਹੋ ਜਾਏਗਾ, ਠੀਕ ਹੋ ਗਿਆ ਇਨਸ਼ਾਅੱਲਾ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਆ ਬਾਈ? ਠੀਕ ਠਾਕ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? 154 ਟੋਟੀਆਂ। ਅੱਛਾ, 154 ਟੋਟੀਆਂ ਚੋਂ ਆਏ, ਮਾਸ਼ਾਅੱਲਾ। ਕੀ ਡਿਮਾਂਡ ਆ ਤੁਹਾਡੀ ਇਹਦੀ? 5.5 ਲੱਖ ਜੀ। 5.5 ਲੱਖ। ਕਿੰਨਾ ਵਜ਼ਨ ਇਹਦਾ? 20 ਮਨ 10 ਕਿਲੋ। ਅੱਛਾ, 20 ਮਨ, ਯਾਨੀ ਕਿ 10 ਕਿਲੋ ਵਜ਼ਨ ਹੈ ਇਹਦਾ। ਤੇ ਕੀ ਲੱਗਾ ਵਾ ਤੁਹਾਨੂੰ ਇਹਦਾ? 4 ਲੱਖ ਜੀ। 4 ਲੱਖ ਲੱਗ ਗਿਆ ਆ। ਤੇ ਫਾਈਨਲ ਤੁਸੀਂ ਕਿੰਨੇ 'ਚ ਕਰੋਗੇ ਇਹਨੂੰ? ਤਕਰੀਬਨ ਕਰਦੇ ਹਾਂ ਕੋਈ 5-10 ਤੱਕ, 10-10। ਠੀਕ ਹੈ। ਤੇ ਸੁਬਾ ਈਦ ਵੀ ਆ? ਹਾਂਜੀ। ਤੇ ਕਿਸ ਤਰ੍ਹਾਂ ਕੋਈ ਲੱਗਾ ਗਾ ਕੇ ਇਹਦਾ? ਨਹੀਂ, ਫਿਲਹਾਲ ਤਾਂ ਨਹੀਂ ਲੱਗਾ, ਇੱਕੋ ਹੀ ਲੱਗਾ। ਅੱਛਾ, ਅਸਲਾਮ ਅਲੈਕੁਮ ਭਾਈ। ਵਾਲੇਕੁਮ। ਕੀ ਹਾਲ ਆ ਬਾਈ? ਠੀਕ ਹੋ? ਅੱਛਾ, ਕਿਹੜੀ ਜਗ੍ਹਾ ਤੋਂ ਆਏ ਆ? ਜੱਲਿਆਂਵਾਲੇ ਆਏ ਆ ਅਸੀਂ। ਤੇ ਕੀ ਡਿਮਾਂਡ ਆ ਆਪਣੀ? 1,80,000। ਅੱਛਾ, 1,80,000। ਤੇ ਕਿੰਨਾ ਲੱਗ ਗਿਆ ਵਾ ਇਹਦਾ? ਲੱਗਾ ਕੋਈ? ਕੋਈ ਨਹੀਂ ਲੱਗਾ ਹੈਗਾ। ਤੇ ਤੁਸੀਂ ਇੱਥੇ ਇੱਕ ਸਾਈਡ 'ਤੇ ਲੈ ਕੇ ਲੋਤੇ, ਤੁਸੀਂ ਮਾੜਾ ਜਿਹਾ ਮੰਡੀ ਦੇ ਅੰਦਰ ਜਾਓ, ਰਸ਼ ਬਹੁਤ ਆ। ਸਹੀ ਆ। ਤੇ ਕਿਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਮੰਡੀ? ਅੱਜ ਹੀ ਆਏ। ਅੱਛਾ, ਅੱਜ ਹੀ ਆਏ ਆ। ਤੇ ਹੁਣ ਮਾਸ਼ਾਅੱਲਾ ਸੁਬਾ ਈਦ ਵੀ ਆ, ਤੇ ਕੀ ਸੂਰਤ ਹਾਲ ਕੀ ਆ ਮੰਡੀ ਦੀ? ਕੰਮ ਆਉਂਦਾ ਹੀ ਹੈ। ਸਹੀ ਹੈ।